ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕੈਂਪ ਲੱਗਿਆ ਹੋਇਆ ਜੀ ਜਿੱਦਾਂ ਸੰਗਤ ਨੂੰ ਪਤਾ ਹਨਾ ਤੇ ਇੱਕ ਬਾਈ ਜੀ ਹੁਣੀ ਸਾਡੇ ਕੋਲੇ ਆਏ ਨੇ ਅੱਜ ਇਹ ਕਿਹੜੇ ਏਰੀਆ ਤੋਂ ਆਏ ਹੁਸ਼ਿਆਰਪੁਰ ਪਿੰਡ ਸੰਦਰਾ ਸੋਡੀਆਂ ਇਹ ਲੰਬੜਦਾਰ ਨੇ ਸਰਪੰਚ ਜੀ ਸਰਪੰਚ ਹਾਂ ਜੀ ਇਹ ਲੰਬੜਦਾਰ ਇਹ ਲੰਬੜਦਾਰ ਨੇ ਤੇ ਬਾਈ ਜੀ ਸਰਪੰਚ ਨੇ ਤੇ ਇਹ ਇੱਕ ਬੜਾ ਜਾਨੀ ਕਿ ਕੇਸ ਲੈ ਕੇ ਆਏ ਨੇ ਇੱਕ ਬੜਾ ਹੈਰਾਨੀਜਨਕ ਤੱਥ ਆ ਜਿਹੜਾ ਤੁਹਾਨੂੰ ਦਿਖਾਉਣ ਲੱਗੇ ਆ ਅਸੀਂ ਸਾਡੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਤਾਂ ਕਿ ਹੁੰਦੀਆਂ ਸਭ ਨੂੰ ਪਤਾ ਹੀ ਆ ਹਨਾ ਤੇ ਪਰ ਇਹ ਵੀਰ ਜੀ ਹੁਣੀ ਸਰਪੰਚ ਸਾਹਿਬ ਤੇ ਨੰਬਰਦਾਰ ਸਾਹਿਬ ਸਾਡੇ ਕੋਲ ਪਹੁੰਚੇ ਨੇ ਗੱਡੀ ਦੇ ਵਿੱਚ ਇਹਨਾਂ ਦੇ ਕੋਲੇ ਬੰਦਾ ਬੈਠਾ ਇਹ ਪ੍ਰਵਾਸੀ ਮਜ਼ਦੂਰ ਬੰਦਾ ਹਨਾ ਲੋਕਾਂ ਦੇ ਘਰਾਂ 'ਚ ਦਿਹਾੜੀ ਜੋਤਾ ਲਾ ਕੇ ਕੰਮ ਕਰਦਾ ਸੀ ਇਹ ਰਸਤੇ 'ਚ ਤੁਰਿਆ ਆਉਂਦਾ ਸੀ ਵਿਚਾਰਾ ਕਿੰਨੀ ਤਰੀਕ ਨੂੰ 8 ਤਰੀਕ ਨੂੰ ਅੱਜ ਹੋ ਗਈ ਆ ਕਿੰਨੀ ਅੱਜ 22 ਤਰੀਕ ਹੋ ਗਈ ਆ ਜੀ ਅੱਜ ਤੇ ਮੰਨ ਲਓ 8 ਤਰੀਕ ਦੀ ਗੱਲ ਆ ਇਹ 12 ਦਿਨ ਹੋ ਗਏ ਆ 12-14 ਦਿਨ ਹੋ ਗਏ ਇਸ ਗੱਲ ਨੂੰ ਇਹਦੇ ਗੱਲ ਤੇ ਕਿਸੇ ਨੇ ਚਾਕੂ ਮਾਰਿਆ ਇਹਦੇ ਕੋਲ ਇੱਕ ਰੇੜੂਆ ਸੀ ਰੇੜੂਆ ਖੋ ਕੇ ਲੈ ਗਏ ਤੇ ਇੱਕ ਇਹਦੇ ਕੋਲ 300-400 ਰੁਪਈਆ ਸੀ ਉਹ ਖੋ ਕੇ ਲੈ ਗਏ ਲਟੇਰੇ ਤੇ ਬਾਈ ਜੀ ਇਹਦਾ ਗਲ ਵੜਤਾ ਤੇ ਆ ਗਲ ਦੇ ਵਿੱਚ ਐਡਾ ਵੱਡਾ ਹੋਲ ਆ ਜਿਹੜੀ ਵੋਕਲ ਆ ਇਹਦੀ ਆਵਾਜ਼ ਵਾਲੀ ਉਹ ਕੱਟ ਦਿੱਤੀ ਆ ਤੇ ਉਦਾਂ ਹੀ ਲੋਕਾਂ ਨੇ ਇਹਨੂੰ ਦੱਸਿਆ ਬਾਈ ਨੂੰ ਵੀ ਉੱਥੇ ਬੰਦਾ ਪਿਆ ਵਾ ਬਾਈ ਉਹਨਾਂ ਦੇ ਇਹ ਬਾਈ ਉਹਨਾਂ ਦੇ ਖੇਤ ਬਾਹਰਲੇ ਘਰੇ ਆ ਕੇ ਜਿਵੇਂ ਕਹਿ ਦਈਏ ਹਵੇਲੀ ਕਹਿੰਦੇ ਆ ਇਹ ਉੱਧਰ ਹਵੇਲੀ 'ਚ ਪੈਂਦਾ ਹੁੰਦਾ ਸੀ ਰਾਤ ਨੂੰ ਆ ਕੇ ਇਹ ਬਾਈ ਹੁਣੀ ਉੱਥੋਂ ਚੱਕ ਕੇ ਲੈ ਕੇ ਆਏ ਲਿਆ ਕੇ ਇਹਨਾਂ ਨੇ ਹਸਪਤਾਲ ਲੈ ਕੇ ਗਏ ਪ੍ਰਾਈਵੇਟ ਹਸਪਤਾਲ 'ਚ ਉੱਥੇ ਉਹਨਾਂ ਨੇ ਪੈਸੇ ਡਾਕਟਰਾਂ ਨੇ ਕਿਹਾ ਵੀ ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ ਵੱਡੇ 'ਚ ਲੈ ਜਾਓ ਇਹ ਵੱਡੇ ਹਸਪਤਾਲ ਸ਼੍ਰੀ ਰਾਮ ਹਸਪਤਾਲ 'ਚ ਲੈ ਗਏ ਉੱਥੇ ਉਹਨਾਂ ਨੇ 3-4 ਲੱਖ ਰੁਪਏ ਦਾ ਖਰਚਾ ਦੱਸਿਆ ਇਹ ਫਿਰ ਵਾਪਸ ਲੈ ਆਏ ਇਹਨੇ ਪੈਸੇ ਲਾ ਨਹੀਂ ਸਕਦੇ ਗਰਾਹਗੀਰ ਬੰਦੇ ਦੇ ਉੱਤੇ ਤੇ ਫਿਰ ਉਸ ਤੋਂ ਬਾਅਦ ਬਾਈ ਹੁਣੀ ਆਪਦੇ ਦਰੀਓ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਇਹਦੀ ਕੋਈ ਮਦਦ ਕੀਤੀ ਜਾਵੇ ਇਹਦਾ ਇਲਾਜ ਕਰਾਇਆ ਜਾਵੇ ਪਰ ਇਹਦਾ ਕੋਈ ਇਲਾਜ ਨਹੀਂ ਹੋਇਆ ਤੇ ਫਿਰ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਬਣਾ ਕੇ ਭੇਜੀ ਬਾਈ ਆ ਜਾਓ ਨੀਚੇ ਆ ਜਾਓ ਤੇ ਅੱਜ ਸਾਡੇ ਕੋਲੇ ਲੈ ਕੇ ਆਏ ਨੇ ਇਹਨੂੰ ਵੀਰ ਨੂੰ ਮਜ਼ਦੂਰ ਬੰਦਾ ਦਿਹਾੜੀਦਾਰ ਬੰਦਾ ਸਰੀਰ ਤਕੜਾ ਬਾਈ ਚੱਲੀ ਜਾਂਦਾ ਹੁਣ ਤੁਹਾਨੂੰ ਅਸੀਂ ਥੋੜਾ ਦੂਰੋਂ ਦਿਖਾਵਾਂਗੇ ਗਰਦਨ ਥੱਲੇੋਂ ਦੇਖੋ ਸਾਰੀ ਵੱਡੀ ਹੋਈ ਆ ਹੋਲ ਆ ਥੋੜਾ ਦੂਰ ਰੱਖੀ ਪੁੱਤ ਉਹਨਾਂ ਨੇ ਵੀਡੀਓ ਉਹ ਕਰ ਦੇਣੀ ਆ ਵਿੱਚ ਹੋਲ ਆ ਵਿੱਚ ਗੜੀ ਆ ਦੇਖੋ ਉੱਥੋਂ ਦੀ ਇਹਨੂੰ ਖੰਘ ਆਈ ਜਾਂਦੀ ਆ ਉੱਥੋਂ ਦੀ ਇਹਨੂੰ ਰੇਸ਼ਾ ਆਈ ਜਾਂਦਾ ਮੂੰਹ ਉੱਪਰਲਾ ਥੱਲੇ ਗੱਲ ਨਾਲੋਂ ਡਿਸਕਨੈਕਟ ਹੋ ਗਿਆ ਵਾ ਆ ਦੇਖੋ ਇੱਧਰ ਐਂ ਕੋਈ ਇੱਥੋਂ ਅੰਦਾਜ਼ਾ ਲੱਗ ਸਕਦਾ ਤੁਹਾਨੂੰ ਵੀ ਇਹ ਗਲ ਕੱਟਿਆ ਹੋਇਆ ਬੰਦੇ ਦਾ ਤੇ 8 ਤਰੀਕ ਦਾ ਇਹ ਗਲ ਵੱਢਿਆ ਹੋਇਆ ਇਹਦਾ ਵੀਰ ਦਾ ਉਹ ਕਾਕਾ ਜੀ ਉਦੋਂ ਵੀਲ ਚੇਅਰ ਲਿਆਇਓ ਤੁਰਕੂਗਾ ਇਹ ਤੁਰਦਾ ਬਾਈ ਆ ਜਾ ਜਿਹੜੇ ਕਿ ਸਰੀਰਕ ਤੌਰ ਤੇ ਤਕੜਾ ਹੈ ਬਾਈ ਹੁਣੀ ਫਿਰ ਪੈਪ ਰਾਹੀਂ ਇਹਨੂੰ ਦੁੱਧ ਦੁੱਧ ਪਿਲਾ ਰਹੇ ਨੇ ਬਾਈ ਹੁਣੀ ਇਹਨੂੰ ਪੈਪ ਰਾਹੀਂ ਹੋਈ ਖਾਣਾ ਪਾਣੀ ਖਵਾ ਰਹੇ ਨੇ ਇਹਨਾਂ ਨੇ ਆਪਦੇ ਵੱਲੋਂ ਕੋਸ਼ਿਸ਼ ਕੀਤੀ ਪਰ ਹੋ ਨਹੀਂ ਸਕਿਆ ਕੁਛ ਸਰਕਾਰੀ ਹਸਪਤਾਲਾਂ ਦਾ ਸਾਨੂੰ ਪਤਾ ਹੀ ਆ ਵੀ ਕੀ ਹਾਲਾਤ ਨੇ ਪ੍ਰਾਈਵੇਟ ਹਸਪਤਾਲਾਂ ਦਾ ਵਿੱਚ ਤੁਹਾਨੂੰ ਇਹ ਵੀ ਪਤਾ ਵਾ ਵੀ ਲੱਖਾਂ ਰੁਪਈਆ ਹੁਣ ਇੱਕ ਅਣਜਾਣ ਬੰਦੇ ਦੇ ਉੱਤੇ ਬੰਦਾ ਕਿੱਦਾਂ ਲਾ ਦੇਵੇ 2-3 ਲੱਖ ਰੁਪਈਆ ਸਰਪੰਚ ਸਾਹਿਬ ਨੇ ਬਾਈ ਜੀ ਸਰਪੰਚ ਸਾਹਿਬ ਨੇ ਇਹ ਨੰਬਰਦਾਰ ਨੇ ਪਿੰਡ ਦੇ ਤੇ ਇਹਨਾਂ ਨੇ ਦੱਸਿਆ ਵੀ 2-3 ਲੱਖ ਰੁਪਇਆ ਹਸਪਤਾਲਾਂ ਨੇ ਖਰਚਾ ਦੱਸਿਆ ਸਾਨੂੰ ਹੁਣ 2-3 ਲੱਖ ਰੁਪਈਆ ਬੰਦਾ ਕਿਸੇ ਦੋਬੜ ਬੰਦੇ ਤੇ ਨਹੀਂ ਲਾ ਸਕਦਾ ਹਨਾ ਤਾਂ ਫਿਰ ਇਹ ਵੀਰ ਵਿਚਾਰੇ ਇਹਨੂੰ ਆਪਦੇ ਤੌਰ ਤੇ ਹੀ ਦਵਾਈ ਦਾਰੂ ਦਵਾਉਣੀ ਸ਼ੁਰੂ ਕਰਤੀ ਮਾੜੀ ਮੋਟੀ ਤੇ ਨਾਲ ਇਹਨੂੰ ਦੁੱਧ ਦੁੱਧ ਪਿਲਾ ਦਿੰਦੇ ਸੀ ਤੇ ਉਹਦੇ ਨਾਲ ਇਹ ਬੰਦਾ ਪਿਛਲੀ 8 ਤਰੀਕ ਤੋਂ ਲੈ ਕੇ ਅੱਜ ਤੱਕ 22 ਤਰੀਕ ਤੱਕ ਘਰੇ ਜਿਉਂਦਾ ਵਾ ਇੱਥੇ ਬਹਿ ਜਾ ਵੀਰ ਰੱਬ ਨੇ ਅੱਜ ਇਹ ਗੱਲ ਕਹਿਤੀ ਵੀ ਇਹਨੂੰ ਲੈ ਜਾਓ ਇਹ ਮਰ ਜਾਣਾ ਵਾ ਕੀ ਇੱਕ ਸਿਰਫ ਪੈਸੇ ਪਿੱਛੇ ਹੀ ਹੁਣ ਜੇ ਡਾਕਟਰ ਆਪਦੇ ਧਰਮ ਦੀ ਜੇ ਪਾਲਣਾ ਕਰਦਾ ਉਹ ਜੇ ਡਾਕਟਰ ਹੋਣ ਦਾ ਜਿਹੜਾ ਉਹਦਾ ਫਰਜ਼ ਆ ਉਹ ਅਦਾ ਕਰਦਾ ਉਹ ਇੱਥੇ ਪੈਸੇ ਨੂੰ ਪਾਸੇ ਰੱਖ ਕੇ ਉਹ ਕਹਿੰਦਾ ਪਹਿਲਾਂ ਮਰੀਜ਼ ਦੀ ਜ਼ਿੰਦਗੀ ਬਚਾਈਏ ਆਪਾਂ ਹਨਾ ਫਿਰ ਬੰਦਾ ਕਹਿੰਦਾ ਚੱਲ ਹੁਣ ਜਿਹੜੇ ਪੈਸਿਆਂ ਦੀ ਲੋੜ ਆ ਉਹ ਪੈਸੇ ਬਾਅਦ 'ਚ ਗੱਲ ਕਰਨੀ ਚਾਹੀਦੀ ਆ ਇੱਕ ਸੁਪਰੀਮ ਕੋਰਟ ਦੇ ਆਰਡਰ ਵੀ ਆ ਵੀ ਜੇ ਕੋਈ ਪੇਸ਼ੈਂਟ ਜਾਂਦਾ ਸੀਰੀਅਸ ਮਰੀਜ਼ ਜਾਂਦਾ ਕਿਸੇ ਹਸਪੀਟਲ ਦੇ ਵਿੱਚ ਪਹਿਲਾਂ ਉਹਦੀਆਂ ਪਰਚੀਆਂ ਨਾ ਕੱਟੀਆਂ ਜਾਣ ਪਹਿਲਾਂ ਉਹਦੇ ਬਿੱਲ ਨਾ ਦੇਖੇ ਜਾਣ ਵੀ ਪੈਸੇ ਜਮ੍ਹਾਂ ਕਰਾਉਣ ਦੀ ਗੱਲ ਨਾ ਹੋਵੇ ਸਭ ਤੋਂ ਪਹਿਲਾਂ ਉਹਦੀ ਜ਼ਿੰਦਗੀ ਬਚਾਈ ਜਾਵੇ ਪਰ ਆ ਬਾਈ ਦਾ ਗਲ ਵੱਢਿਆ ਗਿਆ ਬਾਈ ਜਾਨੀ ਕਿ ਪਹਿਲੀ ਵਾਰ ਸਾਡੇ ਕੋਲ ਇੱਦਾਂ ਦਾ ਕੇਸ ਆਇਆ ਸੀ ਹੁਣ ਹਸਪੀਟਲ ਲੈ ਕੇ ਚੱਲੇ ਹਾਂ ਪਰ ਅਸੀਂ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਸਮਝਦੇ ਹਾਂ ਵੀ ਆ ਵੀਰ ਦੇਖੋ ਇਹ ਗਲ 'ਚ ਮਫਲਰ ਪਾਈ ਫਿਰਦਾ ਪਤਾ ਨਹੀਂ ਲੱਗਦਾ ਗਲ 'ਚ ਮਫਲਰ ਪਾਇਆ ਪਤਾ ਨਹੀਂ ਲੱਗਦਾ ਵੀ ਇਹਦੇ ਆ ਗਲ ਵੱਢਿਆ ਹੋਇਆ ਐਡਾ ਵੱਡਾ ਹੋਲ ਆ ਗਲ ਦੇ ਵਿੱਚ ਖੰਘ ਵੀ ਉੱਥੋਂ ਦੀ ਆ ਰਹੀ ਆ ਉਹਨੂੰ ਛਿੱਕ ਵੀ ਉੱਥੋਂ ਦੀ ਆ ਰਹੀ ਆ ਰੇਸ਼ਾ ਵੀ ਉੱਥੋਂ ਦੀ ਆ ਰਿਹਾ ਚਾਹ ਪਾਣੀ ਵੀ ਇੱਥੋਂ ਨਹੀਂ ਪਿਉਂਦੇ ਅੱਛਾ 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 ਐਂ ਸਿੱਧਾ ਪੈ ਜਾਂਦਾ ਮੰਜੇ ਤੇ ਉਹ ਚੁੰਘਣੀ ਆ ਜਿਹੜੀ ਫਿਰ ਬੱਚਿਆਂ ਵਾਲੀ ਉਹ ਮੂੰਹ 'ਚ ਪਾ ਦਿੰਦੇ ਆ ਉਹਦੇ ਨਾਲ ਫਿਰ ਚੁੰਘੀ ਜਾਂਦਾ ਤੇ ਉੱਥੇ ਅੰਦਰ ਅੰਦਰ ਦੇ ਨਾਲ ਨਾਲ ਦੀ ਅੰਦਰ ਜੇ ਬੈਠ ਕੇ ਪੀਂਦਾ ਵਾ ਫਿਰ ਸਾਰਾ ਬਾਹਰ ਆ ਜਾਂਦਾ ਵਾਹਿਗੁਰੂ।
देखो जी किदां दा जमाना साडे पंजाब दे अज किदां दे हालात हो गए साडा किसान अज सड़कां ते बैठा धरना ते बैठा अपने मौलिक अधिकारां लई अपनियां जरूरतां लई अपनी होंद लई लड़ रहा कारण की आ भी ये लोग साडे कोले पंजाब च आउंदे ने चंगे भविख दे खातर असीं कनेडा अमरीका मुंबई अपने दुबई जाने कवैत जाने इराक जाने चंगे भविख की खातर जाने असीं उत्थे ना अपने बच्चों वास्ते भी चलो उत्थे चार पैसे कमा के लियावांगे चंगा भविख बनावांगे अपने बच्चों का ये लोग भी इत्थे इस करके आउंदे ने पंजाब दे विच चंगे भविख की तलाश दे विच पर इत्थे इहनां नाल आ कुछ हुंदा जी आ हुण 300 रुपया एक रेडियो सी बंदे कोले ਉਹ ਲੁਟੇਰੇ ਨੂੰ ਸ਼ਰਮ ਆਉਣੀ ਚਾਹੀਦੀ ਉਸ ਕੁੱਤੇ ਬੰਦਿਆਂ ਨੂੰ ਵੀ ਜਿਹੜਾ ਬੰਦਾ ਇਹ ਤੋਂ 250-300 ਰੁਪਇਆ ਖੋ ਕੇ ਲੈ ਗਿਆ ਰਿਹਾ ਖੋ ਕੇ ਲੈ ਗਿਆ ਤਾਂ ਗਲ ਵੱਢ ਗਿਆ ਤੇ ਗਲ ਇੱਦਾਂ ਦਾ ਵੱਢਿਆ ਉਹ ਚੋਰ ਦੀ ਤਾਂ ਜਿਹੜੀ ਕੀਤੀ ਉਸ ਤੋਂ ਬਾਅਦ ਸਾਡੇ ਸਿਸਟਮ ਨੇ ਇਹਦਾ ਗਲ ਵੱਢਤਾ ਦੇਖੋ ਅਸਲ ਸਭ ਤੋਂ ਵੱਡੀ ਚੋਰੀ ਤਾਂ ਸਾਡੇ ਸਿਸਟਮ ਨੇ ਕੀਤੀ ਹੈ ਇਹਦੀ ਇਹਦੇ ਬਣਦੇ ਹੱਕ ਤੱਕ ਨਹੀਂ ਇਹਨੂੰ ਦਿੱਤੇ ਗਏ ਬਾਈ ਹਸਪਤਾਲ 'ਚ ਲੈ ਗਿਆ ਯਾਰ ਹਸਪਤਾਲ ਗਏ ਨੂੰ ਵੀ ਮੋੜ ਦਿੱਤਾ ਜਾਵੇ ਇਹ ਗੱਲ ਕਹਿ ਕੇ ਵੀ ਲੈ ਜਾਓ ਘੰਟੇ ਦੋ ਘੰਟੇ ਹੀ ਹੈ ਬੰਦਾ ਤੇ 22 ਤਰੀਕ ਹੋ ਗਈ ਅੱਜ 8 ਤਰੀਕ ਤੋਂ ਲੈ ਕੇ ਯਾਰ 14 ਦਿਨ ਹੋ ਗਏ ਬਾਈ 14 ਦਿਨਾਂ ਤੋਂ ਇਹ ਬੰਦਾ ਜਿਉਂਦਾ ਵਾ 14 ਦਿਨਾਂ ਤੋਂ ਬੰਦਾ ਇਹ ਨਰਕ ਵਰਗੀ ਜ਼ਿੰਦਗੀ ਕੱਟ ਰਿਹਾ ਵਾ ਸ਼ਰਮ ਕਰੋ ਯਾਰ ਡਾਕਟਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਘਟੀਆ ਸਿਸਟਮ ਨੂੰ ਚਲਾਉਣ ਵਾਲੇ ਸਾਡੇ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਉਹ ਤਨਖਾਹਾਂ ਲੈਂਦੇ ਨੇ ਐਡੀਆਂ ਮੋਟੀਆਂ ਮੋਟੀਆਂ ਲੱਖਾਂ ਉਹਨਾਂ ਦੇ ਪੈਕੇਜ ਨੇ ਲੱਖਾਂ ਰੁਪਈਆਂ ਦੇ ਅਰਬਾਂ ਖਰਬਾਂ ਰੁਪਈਆ ਉਹਨਾਂ ਨੇ ਇਕੱਠਾ ਕਰੀ ਜਾਂਦੇ ਨੇ ਬਾਈ ਕਿੱਥੇ ਲੈ ਕੇ ਜਾਣਾ ਯਾਰ ਰੋਟੀ ਤਾਂ ਬਾਈ ਉਨੀ ਹੀ ਖਾ ਸਕਦੇ ਹੋ ਤੁਸੀਂ ਜਿੰਨੀ ਤੁਹਾਡੇ ਸਰੀਰ ਨੇ ਮੰਗਣੀ ਹੈ ਉਦੋਂ ਵੱਧ ਨਹੀਂ ਖਾ ਸਕਦੇ ਤੁਸੀਂ ਹੋ ਸਕਦਾ 50,000 ਦੀ ਰੋਟੀ ਖਾ ਲਓ ਇੱਕ ਦਿਨ ਦੇ ਵਿੱਚ ਪਰ ਜਿਹੜੀ ਉਹਦੀ ਕੁਆਂਟਿਟੀ ਆ ਉਹ ਤਾਂ ਗ੍ਰਾਮਾਂ 'ਚ ਹੀ ਹੋਣੀ ਆ ਬਾਈ ਉਹ ਤਾਂ 19 ਗ੍ਰਾਮ ਹੀ ਖਾਣੇ ਆ ਜਿੰਨੇ ਅਸੀਂ ਖਾਂਦੇ ਹਾਂ ਜਿੰਨੇ ਇਹ ਖਾਂਦਾ ਜਿੰਨੇ ਗ੍ਰਾਮ 19 ਗ੍ਰਾਮ ਹੀ ਤੁਸੀਂ ਖਾਣੀ ਆ ਬਾਈ ਪਰ ਦੁੱਖ ਇਸ ਗੱਲ ਦਾ ਆਉਂਦਾ ਸ਼ਰਮ ਇਸ ਗੱਲ ਦੀ ਆਉਂਦੀ ਆ ਵੀ ਉਹ ਸਾਡੇ ਜਿਹੜੇ ਅੱਜ ਬਾਬੂ ਨੇ ਜਿਹੜੇ ਮੋਦਵਾਰ ਨੇ ਸਾਡੇ ਚਾਹੇ ਨੁਮਾਇੰਦੇ ਨੇ ਚੁਣੇ ਹੋਏ ਇਲੈਕਸ਼ਨਾਂ ਭਾਰਤ ਕਰਕੇ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਉਹ ਘਟੀਆ ਲੋਕਾਂ ਨੇ ਅੱਜ ਆਹ ਹਾਲਾਤ ਕਰਤੇ ਸਾਡੇ ਪੰਜਾਬ ਦੇ ਆਹ 14 ਦਿਨ ਹੋ ਗਏ ਇਸ ਵੀਰ ਨੂੰ ਵਿਚਾਰੇ ਨੂੰ ਬੋਲ ਨਹੀਂ ਸਕਦਾ ਜਮਾਂ ਹੀ ਬਾਬਾ ਨਾਮ ਕਿਆ ਹੈ ਨਾਮ ਕੀ ਤਰ੍ਹਾਂ ਹੈ ਕਿਆ ਸਰਵਣ ਸਰਵਣ ਮਾਂ ਦਾ ਸਰਵਣ ਪੁੱਤ ਘਰ ਪੇ ਕੋਈ ਹੈ ਬੱਚੇ ਭਾਈ ਭਾਈ ਨਹੀਂ ਹੈ ਕਹਾਂ ਸੇ ਹੋ ਨੇੜੇ ਆ ਕਹਾਂ ਸੇ ਹੋ ਉੱਪਰ ਕਰਕੇ ਬਣਾਈ ਗਾਜ਼ੀਆਬਾਦ ਹਜ਼ਾਰੀਬਾਗ ਯੂਪੀ ਯੂਪੀ ਸੇ ਹੋ ਬੋਲ ਨਹੀਂ ਹੁੰਦਾ ਆਵਾਜ਼ ਤੁਸੀਂ ਦੇਖੋ ਕਿਹੋ ਜਿਹੀ ਆ ਰਹੀ ਕਿਉਂਕਿ ਵੋਕਲ ਹੀ ਕੱਟਤਾ ਉਹਦਾ ਵੋਕਲ ਹੀ ਪਾਟ ਗਿਆ ਉਹਦਾ ਚਾਕੂ ਮਾਰ ਕੇ ਵੋਕਲ ਹੀ ਵੱਢਤਾ ਉਹ ਅੱਜ ਪਹਿਲੀ ਵਾਰੀ ਸਾਡੇ ਕੋਲ ਇਦਾਂ ਦਾ ਕੇਸ ਆਇਆ ਸਾਨੂੰ ਸ਼ਰਮ ਆ ਰਹੀ ਹੈ ਬਾਈ ਜੀ ਦੱਸਦਿਆਂ ਹੋਇਆਂ ਵੀ ਅਸੀਂ ਤੁਹਾਨੂੰ ਆਹ ਕੁਛ ਦਿਖਾ ਰਹੇ ਹਾਂ ਇੱਕ ਵੱਢਿਆ ਹੋਇਆ ਗਲ ਬੰਦੇ ਦਾ ਅਸੀਂ ਤੁਹਾਡੇ ਲਈ ਮੂਹਰੇ ਲਈ ਖੜੇ ਹਾਂ ਸ਼ਾਇਦ ਕਿਸੇ ਨੂੰ ਇਹ ਵੀ ਲੱਗਦਾ ਹੋਵੇ ਵੀ ਇਹ ਵੱਡੇ ਹੋਏ ਗੱਲ ਨੂੰ ਇੱਥੇ ਲਈ ਖੜੇ ਛੇਤੀ ਹਸਪਤਾਲ ਕਿਉਂ ਨਹੀਂ ਲੈ ਕੇ ਜਾਂਦੇ ਪਰ ਬਾਈ 14 ਦਿਨ ਹੋ ਗਿਆ ਇਸੇ ਤਰ੍ਹਾਂ ਹੀ ਜ਼ਿੰਦਗੀ ਜਿਉ ਰਿਹਾ ਸਰਵਣ ਇਹ ਸਰਵਣ ਆ ਪਿਛਲੇ 20-25 ਸਾਲਾਂ ਤੋਂ ਇਹ ਕਿਹੜੇ ਪਿੰਡ ਰਹਿੰਦਾ ਸੀ ਸੰਧਣਾ ਸੋਢੀਆਂ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਆ ਸੰਧਣਾ ਸੋਢੀਆਂ ਪਿਛਲੇ 20-25 ਸਾਲਾਂ ਤੋਂ ਉੱਥੇ ਰਹਿੰਦਾ ਸੀ ਇਕੱਲਾ ਹੀ ਰਹਿੰਦਾ ਸੀ ਲੋਕਾਂ ਦੇ ਘਰਾਂ 'ਚ ਕੰਮ ਕਰਦਾ ਸੀ ਦਿਹਾੜੀ ਜਾਂਦਾ ਸੀ ਕਿਸੇ ਨਾਲ ਸੀਰੀ ਰਲਦਾ ਸੀ ਮਿਸਤਰੀਆਂ ਨਾਲ ਕੰਮ ਕਰਦੇ ਆਪਦੀ ਜ਼ਿੰਦਗੀ ਜਿਉਂਦਾ ਸੀ ਕਮਰੇ ਦੇ ਵਿੱਚ ਰਹਿੰਦਾ ਸੀਗਾ ਆ ਬਾਈ ਉਹਨਾਂ ਦੀ ਬਾਹਰਲੇ ਘਰੇ ਹਵੇਲੀ ਜਿਵੇਂ ਅਸੀਂ ਕਹਿ ਦਿੰਦੇ ਮੱਝਾਂ ਵਾਲਾ ਕਹਿ ਦਿੰਦੇ ਹਨ ਪਸ਼ੂਆਂ ਵਾਲਾ ਉਹਦੇ ਵਿੱਚ ਇਹ ਰਹਿੰਦਾ ਸੀਗਾ ਤੇ ਜਦੋਂ ਕਿਸੇ ਨੇ ਬਾਈਆਂ ਨੂੰ ਆ ਕੇ ਦੱਸਿਆ ਵੀ ਜਿਹੜਾ ਤੁਹਾਡੇ ਘਰੇ ਬੰਦਾ ਰਹਿੰਦਾ ਸਰਬਣ ਉਹ ਸੜਕ ਦੇ ਉੱਤੇ ਪਿਆ ਉਹਦਾ ਕਿਸੇ ਨੇ ਗਲ ਵੱਢਤਾ ਤੇ ਬਾਈ ਹੁਣੀ ਗਏ ਫਟਾਫਟ ਚੱਕਿਆ ਚੱਕ ਕੇ ਹਸਪਤਾਲ ਲੈ ਕੇ ਗਏ ਛੋਟਾ ਡਾਕਟਰ ਸੀ ਉਹਨੇ ਜਵਾਬ ਦਿੱਤਾ ਫਿਰ ਇਹ ਵੱਡੇ ਹਸਪਤਾਲ ਲੈ ਕੇ ਗਏ ਉਹਨਾਂ ਨੇ ਦੇਖਿਆ ਸੀ ਕਿੱਦਾਂ ਦਾ ਨਹੀਂ ਕੋਈ ਦਾਖਲੇ ਨਹੀਂ ਕੀਤਾ ਜੀ ਅੱਛਾ ਉਹਨਾਂ ਨੇ ਦਾਖਲ ਨਹੀਂ ਕੋਈ ਆਧਾਰ ਕਾਰਡ ਮੰਗੇ ਲਾ ਕੇ ਤਾਂ ਗੁਰੂ ਕੋ ਖਿਲਾਤਾ ਸੀ ਬਸ ਦਾਖਲੇ ਛੋੜੇ ਲਾ ਤਾਂ ਤੁਸੀਂ ਲੈ ਗਏ ਆਧਾਰ ਕਾਰਡ ਮੰਗੇ ਜਾਵੇ ਕੋਈ ਲੈ ਜਾਵੇ ਵੀ ਨਹੀਂ ਅੱਛਾ ਉਹ ਕਹਿੰਦੇ ਪਹਿਲਾਂ ਆਧਾਰ ਕਾਰਡ ਦਿਓ ਇਹਦਾ ਉਹ ਹੈ ਨਹੀਂ ਸੀ ਇਹਦਾ ਨਹੀਂ ਬੱਚੀ ਸਾਨੂੰ ਇੱਥੇ ਰਹਿ ਨੇ ਬਣਾਇਆ ਨਹੀਂ ਬਣਾਇਆ ਦੇਖੋ ਇੱਕ ਬੰਦਾ ਮਰ ਰਿਹਾ ਉਹਦਾ ਗਲ ਵੱਢਿਆ ਹੋਇਆ ਤੇ ਡਾਕਟਰ ਆਧਾਰ ਕਾਰਡ ਮੰਗ ਰਿਹਾ ਜੀ ਦੇਖੋ ਉਹਨੇ ਪੈਨਸ਼ਨ ਲਾਉਣੀ ਸੀ ਇਹਨੂੰ ਉਸ ਬੰਦੇ ਨੇ ਇਸ ਬੰਦੇ ਵਾਸਤੇ ਇਹੋ ਜਿਹੀ ਕਿਹੜੀ ਪਲਾਟ ਕੱਟ ਕੇ ਦੇਣੇ ਸੀਗੇ ਵੀ ਆਧਾਰ ਕਾਰਡ ਮੰਗ ਰਿਹਾ ਸੀ ਇਸ ਬੰਦੇ ਦਾ ਜੀ ਉਹ ਸ਼ਰਮ ਕਰੋ ਯਾਰ ਡਾਕਟਰ ਬਾਈ ਸ਼ਰਮ ਕਰੋ ਯਾਰ ਤੁਹਾਡਾ ਕੰਮ ਆ ਤੁਹਾਡਾ ਪੇਸ਼ਾ ਤੁਹਾਨੂੰ ਰੱਬ ਨੇ ਇੱਕ ਹੁਨਰ ਦਿੱਤਾ ਯਾਰ ਤੁਹਾਨੂੰ ਡਾਕਟਰ ਬਣਾਇਆ ਰੱਬ ਵਰਗਾ ਦਰਜਾ ਦਿੱਤਾ ਯਾਰ ਤੁਸੀਂ ਆਪਣਾ ਇੰਸਟਰੂਮੈਂਟ ਚੱਕੋ ਇਹਦਾ ਇਲਾਜ ਕਰੋ ਇਹਦੇ ਪੱਟੀਆਂ ਕਰੋ ਇਹਨੂੰ ਦਾਖਲ ਕਰੋ ਇਹਦੀ ਜ਼ਿੰਦਗੀ ਬਚਾਓ ਯਾਰ ਤੁਸੀਂ ਆਧਾਰ ਕਾਰਡ ਮੰਗ ਕੇ ਕੀ ਇਹਦੇ ਨਾਂ 'ਤੇ ਤੁਸੀਂ ਪ੍ਰੋਪਰਟੀ ਕਰਾਉਣੀ ਸੀ ਆਪਦੀ ਕੋਈ ਸ਼ਰਮ ਖਾਓ ਯਾਰ ਸ਼ਰਮ ਖਾਓ ਇੱਕ ਬੰਦਾ ਗਲ ਵੱਢਿਆ ਗਿਆ ਉਹਦਾ ਤੁਸੀਂ ਆਧਾਰ ਕਾਰਡ ਮੰਗ ਰਹੇ ਹੋ ਯਾਰ ਉਹਦਾ ਆਈਡੈਂਟੀ ਪਰੂਫ ਚੈੱਕ ਕਰਦੇ ਹੋ ਕਮਾਲ ਦੀ ਗੱਲ ਆ ਯਾਰ ਕਮਾਲ ਦੀ ਸੋਚ ਆ ਤੁਹਾਡੀ ਯਾਰ ਆ ਬਾਈ ਨੁਮਾਇੰਦੇ ਆ ਪਿੰਡ ਦੇ ਸਰਪੰਚ ਆ ਬਾਈ ਯਾਰ
ਲੋਕਾਂ ਦਾ ਚੁਣਿਆ ਹੋਇਆ ਸਰਪੰਚ ਬੰਦਾ ਜਿੱਥੇ ਖੜਾ ਮਜਬੂਰੀ ਆਪਦੀ ਦੱਸ ਰਿਹਾ ਨੰਬੜਦਾਰ ਪਿੰਡ ਦਾ ਨੰਬੜਦਾਰ ਇੱਕ ਟਾਈਮ ਇਹੋ ਜਿਹਾ ਸੀਗਾ ਚਲੋ ਹੁਣ ਨੰਬੜਦਾਰਾਂ ਦੀ ਸਾਡੇ ਘੱਟ ਗਈ ਹੈ ਪਰ ਪਹਿਲਾਂ ਨੰਬੜਦਾਰ ਤੋਂ ਬਿਨਾਂ ਪੱਤਾ ਨਹੀਂ ਸੀ ਚੱਲਦਾ ਪਿੰਡ ਦਾ ਅਤੇ ਅੱਜ ਆ ਪਿੰਡ ਦੇ ਨੰਬੜਦਾਰਾਂ ਨੂੰ ਵੀ ਮਜਬੂਰ ਕਰਤਾ ਯਾਰ ਤੁਸੀਂ ਇੱਥੇ ਤੱਕਰ ਵੀ ਆਪਣੇ ਬੰਦੇ ਦਾ ਇਲਾਜ ਤੱਕ ਨਹੀਂ ਕਰਾ ਸਕਦੇ ਉਹ ਸ਼ਰਮ ਆਉਣੀ ਚਾਹੀਦੀ ਇਸ ਗੱਲ ਦੀ ਪਹਿਲੀ ਗੱਲ ਤਾਂ ਜਦੋਂ ਹਸਪਤਾਲ 'ਚ ਇੱਦਾਂ ਦਾ ਕੋਈ ਮਰੀਜ਼ ਗਿਆ ਡਾਕਟਰ ਦਾ ਹੱਕ ਬਣਦਾ ਤੁਰੰਤ MLC ਕੱਟਣ ਦਾ ਥਾਣੇ ਫੋਨ ਕਰਨ ਦਾ ਵੀ ਭਾਈ ਬੰਦਾ ਆਇਆ ਉਹਦੇ ਗਲ 'ਤੇ ਚਾਕੂ ਲੱਗਿਆ ਹੋਇਆ MLC ਕੱਟੋ ਨਾ ਉਹ ਕੀਤਾ ਫਿਰ ਉਹਦਾ ਹੱਕ ਬਣਦਾ ਸੀ ਇਹਨੂੰ ਫਟਾਫਟ ਐਡਮਿਟ ਕਰਨ ਦਾ ਨਾ ਕਿ ਰੇਟ ਕਰਨ ਦਾ 2.5-3 ਲੱਖ ਰੁਪਈਆ ਬਾਈ ਕਹਿੰਦੇ ਮੰਗਦੇ ਸੀ ਕਿੰਨਾ ਖਰਚਾ ਦੱਸਿਆ ਜੀ ਉਹਨੂੰ ਲਓ ਜੀ ਦੇਖੋ ਕਿੱਡੀ ਸ਼ਰਮ ਦੀ ਗੱਲ ਆ ਕਿਉਂਕਿ ਬਾਈ ਵੀ ਆਪਦੇ ਹੱਦ ਤੱਕ ਇੱਕ ਤਿੱਕਰ ਕਰ ਸਕਦੇ ਸੀ ਨਾ ਮੰਨ ਲਓ 5,000 ਲਾ ਲੈਂਦਾ ਬੰਦਾ 10,000 ਲਾ ਲੈਂਦਾ ਕਿੰਨੀ ਔਕਾਤ ਹੈ ਇੱਕ ਆਮ ਬੰਦੇ ਦੀ ਯਾਰ ਕਿਵੇਂ ਕਿਸੇ ਇੱਕ ਇੱਦਾਂ ਦੇ ਬੰਦੇ 'ਤੇ ਜਿਹਨੂੰ ਆਪਾਂ ਨਹੀਂ ਜਾਣਦੇ ਉਹਦੇ 'ਤੇ ਆਪਾਂ 1,00,000 ਰੁਪਈਆ ਨਹੀਂ ਲਾ ਸਕਦੇ ਅਤੇ ਪਰ ਆਹ ਬੰਦੇ ਤਾਂ ਯਾਰ ਹੱਦ ਹੋ ਗਈ ਅੱਜ ਯਾਰ ਮਤਲਬ ਹੱਦ ਹੀ ਹੋ ਗਈ ਅਸੀਂ ਤਾਂ ਹੀ ਬੈਠੇ ਹਾਂ ਸੜਕਾਂ ਦੇ ਉੱਤੇ ਲੋਕ ਉੱਥੇ ਸਾਡੇ ਕਿਸਾਨ ਤਾਂ ਹੀ ਬੈਠੇ ਆ ਅਸੀਂ ਵੀ ਉੱਥੇ 20 ਦਿਨਾਂ ਤੋਂ ਗੁਰੂ ਕਾ ਲੰਗਰ ਚੱਲ ਰਿਹਾ ਪਰ ਆਹ ਹਾਲਾਤਾਂ ਨੂੰ ਬਦਲਣ ਦੀ ਖਾਤਰ ਹੀ ਆਹ ਹਾਲਾਤ ਬਦਲਣੇ ਚਾਹੁੰਦੇ ਆ ਸਾਰੇ ਜਾਣੇ ਅਤੇ ਆਹ ਹਾਲਾਤ ਆ ਸਾਡੇ ਜੇ ਨਹੀਂ ਕਿਸੇ ਨੂੰ ਸਮਝ ਆ ਰਹੀ ਨਾ ਦੇਖ ਲਓ ਆਹ ਪ੍ਰਧਾਨ ਮੰਤਰੀ ਸਾਹਿਬ ਨੂੰ ਸ਼ਰਮ ਆਓ ਸ਼ਾਇਦ ਆ ਵੀਡੀਓ ਦੇਖ ਕੇ ਦੇਖ ਲਓ ਵੀ ਸਾਡੇ ਪੰਜਾਬ ਦੇ ਵਿੱਚ ਆਹ ਕੁਛ ਹੁੰਦਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਨੂੰ ਸ਼ਰਮ ਆਵੇ ਮਾੜੀ ਮੋਟੀ ਦੇਖ ਲਓ ਵੀਡੀਓ ਟੈਗ ਕਰੋ ਉਹਦੇ ਤੱਕ ਪਹੁੰਚੇ ਵੀ ਉਹਦੇ ਦੇਸ਼ ਦੇ ਵਿੱਚ ਉਹਦੇ ਰਾਜ ਦੇ ਵਿੱਚ ਉਹਦੀ ਸਟੇਟ ਦੇ ਵਿੱਚ ਆਹ ਹਾਲਾਤ ਪੈਦਾ ਹੋਏ ਹੋਏ ਆ ਆਹ ਦੇਖੋ ਕਿਵੇਂ ਸਾਹ ਲੈ ਰਿਹਾ ਬੰਦਾ ਯਾਰ ਆਹ ਦੇਖੋ ਕਿਵੇਂ ਖੰਘ ਰਿਹਾ ਅਸੀਂ ਤੁਹਾਨੂੰ ਕੈਮਰੇ ਦੇ ਵਿੱਚ ਦਿਖਾ ਵੀ ਨਹੀਂ ਸਕਦੇ ਪ੍ਰੋਪਰ ਤਰੀਕੇ ਨਾਲ ਅਤੇ ਵੀ ਕਿੱਦਾਂ ਇਹਨੂੰ ਵਿਚਾਰੇ ਨੂੰ ਸਾਹ ਆ ਰਿਹਾ ਕਿੱਦਾਂ ਇਹ ਗੱਲ ਕਰਦਾ ਅਰਦਾਸ ਕਰਿਓ ਸਰਵਣ ਪੁੱਤ ਠੀਕ ਹੋ ਜਾਵੇ ਮਾਂ ਦਾ ਅਰਦਾਸ ਕਰਿਓ ਅਸੀਂ ਇਹਦਾ ਇਲਾਜ ਕਰਾ ਸਕੀਏ ਅਰਦਾਸ ਕਰਿਓ ਸਾਡੇ ਸਿਸਟਮ ਤੇ ਸਮਾਜ ਨੂੰ ਬਦਲ ਸਕੀਏ ਆਹ ਜਿਹੜਾ ਘਟੀਆ ਸਿੱਟਾ ਸਿਸਟਮ ਚੱਲਦਾ ਉਹਨੂੰ ਸਮਤ ਬਖਸ਼ਣ ਵਾਹਿਗੁਰੂ ਅਰਦਾਸ ਕਰਿਓ ਸਾਰੇ ਜਾਣੇ ਸਰਵਣ ਨੂੰ ਅਸੀਂ ਹੁਣ ਹੋਸਪਿਟਲ ਲੈ ਕੇ ਚੱਲੇ ਹਾਂ ਉੱਥੇ ਨੂੰ ਦਾਖਲ ਕਰਾਵਾਂਗੇ ਇਹ ਇੱਕ ਚੰਗੀ ਸਿਹਤ ਜਾਬੀ ਭਰੀ ਜ਼ਿੰਦਗੀ ਜਿਉਵੇਂ ਇਹ ਸਾਰੇ ਜਾਣੇ ਤੁਸੀਂ ਅਰਦਾਸ ਕਰਿਓ ਕਾਮਨਾ ਕਰਿਓ ਉਸ ਵਾਹਿਗੁਰੂ ਅੱਗੇ ਵੀ ਅਸੀਂ ਇਸ ਵੀਰ ਦੀ ਇੱਕ ਸਿਹਤ ਭਰੀ ਜ਼ਿੰਦਗੀ ਜਿਹੜੀ ਦੇ ਸਕੀਏ ਇੱਕ ਗਰੀਬੀ ਆ ਜਿਹੜੀ ਉਹ ਆਪਦੇ ਆਪ 'ਚ ਸਭ ਤੋਂ ਵੱਡੀ ਬਿਮਾਰੀ ਆ ਕਿਉਂਕਿ ਇਹਦੇ ਕੋਲ ਪੈਸਾ ਹੈ ਨਹੀਂ ਜੇ ਇਹਦੇ ਕੋਲ ਪੈਸਾ ਹੁੰਦਾ ਤਾਂ ਇਹਦੇ ਅੱਜ ਆਹ ਹਾਲਾਤ ਨਾ ਹੁੰਦੇ ਇਹਦਾ ਜੇ ਪਰਿਵਾਰ ਇੱਥੇ ਹੁੰਦਾ ਇਹਦੇ ਅੱਜ ਆਹ ਹਾਲਾਤ ਨਾ ਹੁੰਦੇ ਬਸ ਇੰਨੀਆਂ ਕੀ ਸਾਡੀਆਂ ਬੇਨਤੀਆਂ ਜੀ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਸਰਵਣ ਨੂੰ ਤੰਦਰੁਸਤੀ ਬਖਸ਼ਣ ਆਹ ਬਾਈਆਂ ਦਾ ਬਹੁਤ ਧੰਨਵਾਦ ਪੰਥ ਕੀ ਨਾਂ ਤੁਹਾਡਾ ਬਲਵਿੰਦਰ ਸਿੰਘ ਥੋੜ੍ਹਾ ਕੀ ਨਾਂ ਲੱਭਦਾ ਕਸ਼ਮੀਰ ਸਿੰਘ ਅਤੇ ਬਲਵਿੰਦਰ ਸਿੰਘ ਨੰਬਰਦਾਰ ਅਤੇ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਜਿਹੜੇ ਹੁਸ਼ਿਆਰਪੁਰ ਤੋਂ ਇਹਨੂੰ ਆਪਣੀ ਗੱਡੀ 'ਚ ਬਿਠਾ ਕੇ ਇੱਥੇ ਚੱਕਰ ਲੈ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।